ਜੀ ਬਿਲਕੁਲ, ਜੋ ਸਰਦਾਰ ਹਰਮਿੰਦਰ ਸਿੰਘ ਗਿੱਲ ਨੇ ਪੱਟੀ ਤੋਂ MLA, ਉਹਨਾਂ ਦੇ ਜਿਹੜੇ ਬੋਲ ਨੇ ਯਕੀਨੀ ਤੌਰ 'ਤੇ ਸਾਰਿਆਂ ਦਾ ਦਿਲ ਦਿਖਾਉਣ ਵਾਲੇ ਵੀ ਨੇ। ਔਰ ਸ਼੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ, ਸ਼੍ਰੀ ਦਰਬਾਰ ਸਾਹਿਬ ਦੀ ਜੋ ਪੂਰੀ ਦੁਨੀਆ ਦੇ ਅੰਦਰ ਇੱਕ ਬਹੁਤ ਵੱਡੀ ਆਸਥਾ ਔਰ ਅਕਰੋਸ ਦੀ ਧਰਮ, ਮਤਲਬ ਸਾਰੇ ਧਰਮਾਂ ਦੇ ਲੋਕਾਂ ਦੀ ਜਿਹੜੀ ਆਸਥਾ ਹੈ, ਉਸ 'ਤੇ ਬਹੁਤ ਵੱਡੀ ਚੋਟ ਮਾਰਦਾ ਹੈ ਜਦੋਂ ਇਹ ਕਹਿ ਦਿੱਤਾ ਜਾਵੇ ਕਿ ਸ਼੍ਰੀ ਦਰਬਾਰ ਸਾਹਿਬ 'ਚ ਆਉਣ ਵਾਲੇ ਸ਼ਰਧਾਲੂਆਂ ਦਾ ਮੂੰਹ ਮੋੜ ਕੇ ਅਤੇ ਉੱਥੇ ਬਿਆਸ ਦੀਆਂ ਮੱਛੀਆਂ ਵੱਲ ਨੂੰ ਕਰ ਦਿੱਤਾ ਜਾਊਗਾ ਔਰ ਉੱਥੇ ਮੱਛੀਆਂ ਆ ਕੇ ਖਾਣਗੇ। ਦੇਖੋ, ਆਪਾਂ ਨੂੰ ਰਾਜਨੇਤਾਵਾਂ ਨੂੰ ਇਹ ਗੱਲ ਦਾ ਜ਼ਰੂਰ ਧਿਆਨ ਦੇਣਾ ਚਾਹੀਦਾ ਕਿ ਜਦੋਂ ਆਪਾਂ ਬੋਲਣ ਲੱਗਦੇ ਹਾਂ ਉਹਨਾਂ ਬੋਲਾਂ ਦੀ ਬਹੁਤ ਵੱਡੀ ਅਹਿਮੀਅਤ ਹੁੰਦੀ ਆ, ਔਰ ਕਿਸੇ ਰਾਜਨੇਤਾ ਦੇ ਮੂੰਹ ਐਸੇ ਅਲਫਾਜ਼ ਨਿਕਲ ਜਾਣੇ ਉਹ ਬਹੁਤ ਦੂਰ ਤੱਕ ਉਸ ਧਰਮ ਨੂੰ ਜਾਂ ਉਸ ਆਸਥਾ ਦੇ ਸਥਾਨ ਨੂੰ ਚੋੜ ਦਿੰਦੇ ਨੇ। ਇਹ ਬਹੁਤ ਹੀ ਨਿੰਦਣਯੋਗ ਅਲਫਾਜ਼ ਨੇ, ਇਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਥੋੜ੍ਹੀ ਆ। ਔਰ ਸਰਦਾਰ ਹਰਮਿੰਦਰ ਸਿੰਘ ਜੀ ਨੂੰ ਮੈਂ ਸਮਝਦਾ ਇਹ ਗੱਲ 'ਚ ਖੁੱਲ੍ਹ ਪੱਲਾ ਪਾ ਕੇ ਅਤੇ ਮਾਫ਼ੀ ਮੰਗਣੀ ਚਾਹੀਦੀ ਆ ਜੋ ਉਹਨਾਂ ਨੇ ਅਲਫਾਜ਼ਾਂ ਦਾ ਇਸਤੇਮਾਲ ਕੀਤਾ। ਇਹਦੇ ਨਾਲ ਦੁਨੀਆ ਭਰ ਦੇ ਅੰਦਰ ਇੱਕ ਬਹੁਤ ਵੱਡਾ ਦੁੱਖ ਔਰ ਦੁਖਾਂਤ ਆ ਔਰ ਰੋਸ ਆ ਸਿੱਖਾਂ ਦੇ ਅੰਦਰ ਕਿ ਕਿਸ ਤਰੀਕੇ ਨਾਲ ਕੋਈ ਗੁਰਸਿੱਖ ਜਿਹੜਾ ਹੈ ਉਹ ਐਸੇ ਅਲਫਾਜ਼ਾਂ ਦਾ ਇਸਤੇਮਾਲ ਕਰ ਸਕਦਾ ਔਰ ਸ਼੍ਰੀ ਦਰਬਾਰ ਸਾਹਿਬ ਤੋਂ ਲੋਕਾਂ ਦਾ ਮੂੰਹ ਮੋੜ ਕੇ ਅਤੇ ਮੱਛੀਆਂ ਵੱਲ ਨੂੰ ਕਰ ਸਕਦਾ। ਇਹ ਬਹੁਤ ਹੀ ਦੁੱਖ ਦਿਲ ਨੂੰ ਦਿਖਾਉਣ ਵਾਲੀ ਗੱਲ ਉਹਨਾਂ ਨੇ ਕੀਤੀ।